अगर आपने हमारे चैनल को सब्सक्राइब नहीं किया है तो इसे सब्सक्राइब कर लें। केंद्रीय जेल बठिंडा में से 11 मोबाइल हुए बरामद। काउंटर इंटेलिजेंस की टीम ने जेल में की छापेमारी दौरान मिले जेल में राशन पहुंचाने वाला केंटर चालक लक्ष्मण दास जेल में आसानी से मोबाइल, नशा, बीड़ी, सिगरेट, जर्दा आदि लंबे समय से पहुंचा रहा था। किया गिरफ्तार, लक्ष्मण से पूछताछ में बड़े खुलासे होने की उम्मीद। जेल के अफसरों व कर्मचारियों की मिली भुगत भी सामने आ सकती है, जाँच जारी। इस बारे में काउंटर इंटेलिजेंस बठिंडा के AIG ने बताया कि उनको गुप्त सूचना मिली थी कि जेल में राशन में ऑटो चालक नशा और मोबाइल छिपाकर लेकर जाता है और वह अंदर जाकर क्या क्या तक पहुंच जाता है, जिसके बाद उनकी टीम ने वहां पर रेड की और देर शाम उनका ऑपरेशन चलता रहा। इसमें उनको बड़ी सफलता हासिल। ये साडे काउंटर इंटेलिजेंस को इन्फॉर्मेशन आई कि जेल दे विच कंटीन वगैरह का राशन जिहड़ा जांदा है, वो जिवें कि आटा, मैदा, रिफाइंड वगैरह, ਉਹਦੇ ਵਿੱਚ ਕੁਝ ਮੋਬਾਈਲ, ਕਰੀਬ 11 ਮੋਬਾਈਲ ਅਤੇ ਹੋਰ ਬੀੜੀਆਂ ਦੇ ਬੰਡਲ ਅਤੇ ਇੱਦਾਂ ਦਾ ਨਸ਼ੇ ਵਾਲੀ ਚੀਜ਼ ਵਗੈਰਾ ਅੰਦਰ ਜਾ ਰਹੀ ਹੈ। ਅਤੇ ਅਸੀਂ ਉਹ ਫਿਰ ਅੰਦਰ ਸਾਰੀ ਕਾਰਵਾਈ ਕਰਦੇ ਹੋਏ ਜਦੋਂ ਉਹਨੂੰ ਚੈੱਕ ਕੀਤਾ ਥ੍ਰੀ ਵੀਲਰ ਨੂੰ, ਥ੍ਰੀ ਵੀਲਰ ਦੇ ਵਿੱਚੋਂ 11 ਮੋਬਾਈਲ ਅਤੇ 72 ਬੀੜੀਆਂ ਦੇ ਬੰਡਲ, ਆਟੇ ਦਾ ਜਿਹੜਾ ਹੈਗਾ ਸੀ ਬੈਗ, ਉਹਦੇ ਵਿੱਚੋਂ ਬਰਾਮਦ ਹੋਏ ਹੈ। ਅਤੇ ਇਸ ਸੰਬੰਧ ਦੇ ਵਿੱਚ ਅਸੀਂ 4 ਬੰਦੇ ਅਰੈਸਟ ਕੀਤੇ ਹੈ, ਜਿਹੜੇ ਕਿ ਬੰਦੇ ਬਾਹਰੋਂ ਸਮਾਨ ਆਟੇ ਦੇ ਬੈਗ ਜਿਨ੍ਹਾਂ ਨੇ ਪਾਇਆ ਸੀ। ਉਹ 4 ਬੰਦੇ, ਇੱਕ ਤਾਂ ਜਸਪ੍ਰੀਤ ਕੌਰ ਹੈ, ਇੱਕ ਥਾਣਾ ਸਿੰਘ ਹੈ, ਇੱਕ ਨਿਰਮਲ ਸਿੰਘ ਅਤੇ ਇੱਕ ਲਛਮਣ ਦਾਸ। ਇਹ 4 ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਅਤੇ 2 ਜਿਹੜੇ ਕੈਦੀ ਅੰਦਰ ਹੈਗੇ ਹੈ, ਗੁਰਪ੍ਰੀਤ ਸਿੰਘ ਧੀਰਾ ਅਤੇ ਦੂਜਾ ਜਤਿੰਦਰ ਸ਼ਰਮਾ ਉਰਫ ਬੱਚੀ, ਜਿਨ੍ਹਾਂ ਨੇ ਅੰਦਰੋਂ ਇਹ ਸਮਾਨ ਮੰਗਵਾਇਆ ਸੀ, ਉਹਨਾਂ ਨੂੰ ਅਸੀਂ ਨੋਮੀਨੇਟ ਕਰਤਾ। ਉਹਨਾਂ ਦਾ ਅਸੀਂ ਪ੍ਰੋਡਕਸ਼ਨ ਵਾਰੰਟ ਲੈ ਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ। ਇਹ ਟੋਟਲ 6 ਮੁਲਜ਼ਮ ਹਾਲੇ ਤੱਕ ਨੋਮੀਨੇਟ ਹੋਏ ਹੈ। ਇਸ ਸੰਬੰਧ ਦੇ ਵਿੱਚ ਜੇ ਕੋਈ ਜੇਲ੍ਹ ਅਧਿਕਾਰੀ ਦਾ ਕੋਈ ਰੋਲ ਹੋਇਆ ਉਹ ਵੀ ਵੈਰੀਫਾਈ ਕੀਤਾ ਜਾਵੇ। ਅਤੇ ਉਹਦੇ ਪੁੱਛਗਿੱਛ ਦੌਰਾਨ ਕੀ ਸਾਹਮਣੇ ਆਇਆ ਹੈਗਾ ਵੀ ਕਿੰਨੇ ਸਮੇਂ ਤੋਂ ਕਰਦਾ ਆ ਰਿਹਾ ਸੀ ਅਤੇ ਜਿਹੜਾ ਇਹ ਮੋਬਾਈਲ ਉਹ ਨਵੇਂ ਲੈ ਕੇ ਜਾਂਦਾ ਸੀ ਅੰਦਰ? ਅਤੇ ਇਹ ਜਿਹੜੇ 11 ਮੋਬਾਈਲ ਜਿਹੜੇ ਅਸੀਂ ਬਰਾਮਦ ਕੀਤੇ ਹੈ ਉਹਨਾਂ 'ਚ 10 ਤਾਂ ਸੈਮਸੰਗ ਦੇ ਫਰੈਸ਼ ਮੋਬਾਈਲ ਹੈ, ਇੱਕ MI ਦਾ ਸਮਾਰਟਫੋਨ ਹੈ ਜੀ। ਇਹ ਬਾਹਰੋਂ ਇਹਨਾਂ ਨੇ ਨਵੇਂ ਪਰਚੇਜ਼ ਕੀਤੇ ਸੀ ਅਤੇ ਇਹ ਅਸੀਂ ਬਰਾਮਦ ਕੀਤੇ। ਇਸ ਸੰਬੰਧ ਦੇ ਵਿੱਚ ਅਸੀਂ ਇੱਕ FIR ਕੈਂਟ ਥਾਣੇ ਦੇ ਵਿੱਚ ਦਰਜ ਕਰਾਈ ਹੈ ਅੰਡਰ ਸੈਕਸ਼ਨ 52A ਪ੍ਰੋਵੀਜ਼ਨਲ ਐਕਟ ਅਤੇ 188 IPC ਥਾਣਾ ਕੈਂਟ ਵਿੱਚ ਦਰਜ ਕੀਤੀ ਗਈ ਹੈ ਅਤੇ ਡੂੰਘਾਈ ਨਾਲ ਇਹਦੇ 'ਚ ਤਫਤੀਸ਼ ਹੋ ਰਹੀ ਹੈ। ਜੋ ਵੀ ਗੱਲ ਸਾਹਮਣੇ ਆਏਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ। ਅਤੇ ਕਿਸ ਰੇਟ 'ਤੇ ਸਮਝੋ ਜਿਹੜੇ ਬੀੜੀਏ ਦੇ ਬੰਡਲ ਕਿ ਕਿੰਨੇ ਦੀ ਬੀੜੀ ਵਿਕਦੀ ਹੈ, ਕੀ ਜਰਦਾ ਕਿੰਨੇ ਦਾ ਵਿਕਦਾ ਹੈਗਾ? ਇਹ ਐਗਜੈਕਟ ਅਮਾਊਂਟ ਤਾਂ ਮੈਨੂੰ ਪਤਾ ਨਹੀਂ, ਪਰ ਇਹ ਹੁਣ ਅਸੀਂ ਤਫਤੀਸ਼ ਦੇ ਵਿੱਚ ਸਾਰੀ ਗੱਲ ਆ ਰਹੀ ਹੈ ਕਿਉਂਕਿ ਜਿਹੜੇ ਅੰਦਰ ਕੈਦੀ ਹੈ ਉਹਨਾਂ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ 'ਤੇ ਹਾਲੇ ਤੱਕ ਲੈਣਾ ਅਤੇ ਉੱਥੇ ਹੀ ਸਾਰਾ ਇਹ ਜਿਹੜਾ ਮਾਮਲਾ ਸਾਹਮਣੇ ਆਊਗਾ ਤਫਤੀਸ਼ ਦੇ ਦੌਰਾਨ ਵੀ ਇਹ ਕੀ ਰੇਟ ਦੇ ਅੰਦਰ ਵੇਚਦੇ ਸੀ। ਨਹੀਂ, ਇਹ ਵੀ ਸਾਹਮਣੇ ਆਇਆ ਵੀ ਉਹਦੀ ਚੈਕਿੰਗ ਵਗੈਰਾ ਨਹੀਂ ਕੀਤੀ ਜਾਂਦੀ ਸੀ ਜਿਹੜਾ ਚੈਕਿੰਗ ਅਸੀਂ ਇਹਨਾਂ ਨੂੰ ਅਸੀਂ ਡਿਊਟੀ 'ਚ ਹੀ ਰੋਕ ਲਿਆ ਅੰਦਰ, ਮਤਲਬ ਡਿਊਟੀ ਦੇ ਵਿੱਚ ਇਹ ਗਿਆ ਸੀ ਅਤੇ ਸਾਡੇ ਕੋਲ ਇਨਫੋਰਮੇਸ਼ਨ ਸੀ ਵੀ ਅਸੀਂ ਸਾਰੇ ਰੰਗੇ ਹੱਥੀਂ ਇਹ ਗ੍ਰਿਫਤਾਰ ਕਰੀਏ ਵੀ ਸਮਾਨ। ਜਦੋਂ ਆਟੇ ਦਾ ਅਸੀਂ ਆਟੇ ਵਾਲੇ ਬੈਗ ਦੀ ਚੈਕਿੰਗ ਕਰਾਈ ਉਹਦੇ ਵਿੱਚ ਇਹ ਹਰ ਚੀਜ਼ ਜਿਹੜੀ ਰੂਮ ਦੇ ਉੱਤੇ ਚਿੱਟੀ ਟੇਪ ਵਲੇਟੀ ਹੋਈ ਸੀ। ਨਹੀਂ, ਪਹਿਲਾਂ ਜਦੋਂ ਜਾਂਦੇ ਸੀ ਉਦੋਂ ਕਦੇ ਪੁਲਿਸ ਜਿਹੜੇ ਉੱਥੇ ਜੇਲ੍ਹ ਦੇ ਕਰਮੀ ਨੇ ਚੈਕਿੰਗ ਨਹੀਂ? ਹਾਲੇ ਤੱਕ ਕੋਈ ਗੱਲ ਉਹ ਡੂੰਘਾਈ ਨਾਲ ਪੁੱਛ ਗਿੱਛ ਹੋ ਰਹੀ ਹੈ ਇਹਨਾਂ ਤੋਂ, ਹਾਲੇ ਤੱਕ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਅਤੇ ਡਿਟੇਲ 'ਚ ਫਿਰ ਇਨਵੈਸਟੀਗੇਸ਼ਨ 'ਚ ਗੱਲਾਂ ਜੋ ਵੀ ਸਾਹਮਣੇ ਆਈ ਵੀ ਕਿੰਨੀ ਵਾਰੀ ਲੈ ਗਏ ਜਾਂ ਕੀ ਲੈ ਗਏ ਉਹ ਫਿਰ ਪਤਾ ਲੱਗੇ। ਤੁਹਾਨੂੰ ਕਿਵੇਂ ਗੁਪਤ ਸੂਚਨਾ ਮਿਲੀ ਸੀ, ਕਿਵੇਂ ਤੁਸੀਂ ਕਿਵੇਂ ਗਏ ਫਿਰ? ਹਾਂ, ਇਹ ਸਾਡੇ ਕੋਲ ਕੋਈ ਮੁਖਬਰ ਦੀ ਇਨਫੋਰਮੇਸ਼ਨ ਹੈਗੀ ਸੀ ਵੀ ਇੱਦਾਂ ਦਾ ਇਹ ਅੰਦਰ ਮਾਲ ਲੁਕੋ ਕੇ ਲੈ ਜਾਂਦੇ ਆ, ਜਿਹੜਾ ਕਿ ਕੰਟੀਨ ਦਾ ਰਾਸ਼ਨ ਹੈ, ਮੈਦਾ, ਘਿਓ, ਹੋਰ ਖੰਡ ਵਗੈਰਾ ਕਈ ਚੀਜ਼ਾਂ ਜਾਂਦੀਆਂ ਉਹਦੇ ਵਿੱਚ, ਮਤਲਬ ਇਹ ਕੋਈ ਇੱਦਾਂ ਦਾ ਬੈਗ ਹੋਊਗਾ ਜਿਹਦੇ ਵਿੱਚ ਇਹ ਕੋਈ ਇੱਦਾਂ ਦੀ ਓਬਜੈਕਸ਼ਨੇਬਲ ਚੀਜ਼ਾਂ ਹੋਣਗੀਆਂ। ਸਰ, ਇਹ ਜਿਹੜੇ ਬੰਦੇ ਹੈਗੇ ਚਾਰੋਂ ਬਠਿੰਡੇ ਦੇ ਰਹਿਣ ਵਾਲੇ ਆ ਜੀ? ਨਹੀਂ, ਇਹ ਜਿਹੜੇ ਇਹ ਹੈਗੇ ਆ, ਜਿਹੜਾ ਗੁਰਪ੍ਰੀਤ ਸਿੰਘ ਧੀਰਾ ਜਿਹੜਾ ਕੈਦੀ ਅੰਦਰ ਹੈਗਾ ਹਵਾਲਾਤੀ, ਇਹਦੀ ਇੱਕ ਤਾਂ ਸਗੀ ਭੈਣ ਹੈ ਜਸਪ੍ਰੀਤ ਕੌਰ, ਦੂਜਾ ਜਿਹੜਾ ਥਾਣਾ ਸਿੰਘ ਦਾ ਸਗਾ ਜੀਜਾ ਹੈ, ਅਤੇ 2 ਜਿਹੜੇ ਆਟੋ ਯੂਜ਼ ਹੋਏ ਸੀ ਇਸ ਕੰਮ ਵਾਸਤੇ, ਜਿਹੜਾ ਸਮਾਨ ਅੰਦਰ ਜਾਣਾ ਸੀ, ਉਹ 2 ਆਟੋ ਦੇ ਡਰਾਈਵਰ ਹਨ ਜੀ। ਇਹ ਜਿਹੜਾ ਜਿਹੜੇ ਲੈ ਕੇ ਜਾ ਰਹੇ ਸੀ ਆਪਣਾ ਕੈਂਟ ਦੇ ਕੈਂਟਰ ਦੇ ਵਿੱਚ ਸਮਾਨ ਮੋਬਾਈਲ ਲੁਕੋ ਕੇ, ਜਿਹੜਾ ਅੰਦਰ ਠੇਕਾ ਦਿੱਤਾ ਉਹ ਉਹਨੇ ਰੱਖੇ ਸੀ ਬੰਦੇ ਜੀ? ਇਹ ਜੇ ਠੇਕਾ ਹੁੰਦਾ ਜਿਹੜੇ ਅੰਦਰ ਜਿਹੜੇ ਕੈਦੀ ਹੁੰਦੇ ਆ ਇਹ ਕੰਟੀਨ ਵਗੈਰਾ ਦੇ ਵਿੱਚ ਕੰਮ ਕਰਦੇ ਆ ਜੀ। ਇਹ ਉੱਥੇ ਜਿਹੜਾ ਇਹ ਜਤਿੰਦਰ ਸ਼ਰਮਾ ਇੱਕ ਰੇਪ ਦੇ ਕੇਸ ਦੇ ਵਿੱਚ ਅੰਦਰ ਹੈ, ਇਹਦਾ ਨਾਮ ਬੱਚੀ ਵੀ ਹੈ, ਇਹ ਬਾਹਰੋਂ ਸਮਾਨ ਦਾ ਆਰਡਰ ਵਗੈਰਾ ਥਰੂ ਅਫਸਰਾਂ ਦੇ ਦਿੰਦਾ ਸੀ ਅਤੇ ਸਮਾਨ ਅੰਦਰ ਜਾਂਦਾ ਸੀ। ਵੈਸੇ ਹੈ ਤਾਂ ਅੰਡਰ ਕੰਟੀਨਰ ਜੇਲ੍ਹ ਦੇ ਅੰਦਰ ਚੀਜ਼ ਸੀ ਨਾ ਇਹ ਸਾਰਾ? ਹਾਂ ਹਾਂ, ਇਹ ਕੰਟੀਨ ਜਿਹੜੀ ਜੇਲ੍ਹ ਦੇ ਅੰਦਰ ਹੀ ਹੈ, ਕੈਦੀਆਂ ਲਈ ਉੱਥੇ ਇਹਨਾਂ ਨੂੰ ਪਕੌੜੇ ਵਗੈਰਾ, ਬ੍ਰੈਡ ਪਕੌੜਾ, ਪਰੌਂਠੇ ਵਗੈਰਾ, ਹੋਰ ਮਤਲਬ ਉੱਥੇ ਬਣਾਉਂਦੇ ਆ ਅਤੇ ਆਮ ਕੈਦੀਆਂ ਨੂੰ ਸਰਵ ਕਰਦੇ। अगर आपने हमारे चैनल को सब्सक्राइब नहीं किया है तो इसे सब्सक्राइब कर लें।